पंजाब विधानसभा सत्र के दौरान वीरवार को पंजाब में सरकारी मुलाजिमों को लगातार आ रही दिक्कतों को ध्यान में रखते हुए विक्रम सिंह मजेठिया व अन्य साथियों ने कैप्टन सरकार के खिलाफ जोरदार प्रदर्शन किया। ਨੌਕਰੀਆਂ ਦੇਣੀਆਂ ਸੀ, ਅੱਜ ਤੱਕ ਉਹਨਾਂ ਦਾ ਮਸਲਾ ਹੱਲ ਨਹੀਂ ਕੀਤਾ। 3 ਸਾਲ ਪੂਰੇ ਹੋ ਗਏ, ਉਹਨਾਂ ਨੂੰ ਪੱਕੇ ਕਰੋ। ਇਹ ਸਾਰੇ ਹੀ ਮੁੱਦੇ ਲੈ ਕੇ ਹੋਰ ਵੀ ਕਈ ਅਣਗਿਣਤ ਮੁੱਦੇ ਨੇ ਜਿਹੜੇ ਅਸੀਂ ਲੈ ਕੇ ਆਏ ਹਾਂ, ਜਿਹੜੇ ਮੁਲਾਜ਼ਮਾਂ 'ਤੇ ਧੱਕਾ ਕੀਤਾ, ਪਰਚੇ ਦਿੱਤੇ ਆ, ਕੁੱਟਮਾਰ ਕੀਤੀ ਆ, ਉਹ ਪਰਚੇ ਵਾਪਸ ਲਓ ਤੇ ਜਿਹੜੇ ਅਫਸਰਾਂ ਨੇ ਉਹਨਾਂ ਨਾਲ ਇਹ ਧੱਕਾ ਕੀਤਾ ਉਹਨਾਂ ਤੇ ਬਣਦੀ ਕਾਰਵਾਈ। ਦੇਖੋ ਅੰਦਰ ਪੱਖਪਾਤੀ ਰਵੱਈਆ, ਕੱਲ ਵੀ ਜਦ ਅਸੀਂ CM ਸਾਹਿਬ ਨੇ 12 ਲੱਖ ਨੌਕਰੀ ਦੀ ਗੱਲ ਕੀਤੀ, ਅਸੀਂ ਲਿਖਤੀ ਜਵਾਬ ਉਹਨਾਂ ਦਾ ਉਹਨਾਂ ਨੂੰ ਵਿਖਾਉਣਾ ਚਾਹੁੰਦੇ ਸੀ ਕਿ ਤੁਹਾਡੀ ਸਰਕਾਰ ਦਾ ਲਿਖਤੀ ਜਵਾਬ ਹੈ ਕਿ 33,000 ਨੌਕਰੀ ਅਸੀਂ 3 ਸਾਲਾਂ 'ਚ ਦਿੱਤੀ। ਸਾਨੂੰ ਸਪੀਕਰ ਸਾਹਿਬ ਨੇ ਕਿਹਾ ਕਿ ਤੁਸੀਂ ਅਖੀਰ 'ਚ ਬੋਲ ਲਿਓ, ਅਸੀਂ ਚੁੱਪ ਕਰਕੇ ਬਹਿ ਗਏ। ਸਤਿਕਾਰ ਕੀਤਾ ਸਪੀਕਰ ਸਾਹਿਬ, ਮਗਰ ਅਖੀਰ 'ਚ ਤੁਸੀਂ ਵੇਖ ਲਿਆ ਸਪੀਕਰ ਸਾਹਿਬ ਨੇ ਸਾਡੀ ਗੱਲ ਤੱਕ ਨਹੀਂ ਸੁਣੀ। ਤੇ ਜੇ ਅੰਦਰ ਗੱਲ ਨਹੀਂ ਕਰਨ ਦੇਣੀ ਤੇ ਅਸੀਂ ਬਾਹਰ ਵੀ ਗੱਲ ਕਰਾਂਗੇ, ਜਿੰਨੀ ਅਸੀਂ ਗੱਲ ਅੰਦਰ ਕਰ ਸਕਦੇ ਅੰਦਰ ਵੀ ਕਰਾਂਗੇ। ਜਿਹੜਾ ਪਲੇਟਫਾਰਮ ਸਾਨੂੰ ਮਿਲ ਜੂ, ਅਸੀਂ ਇਹ ਕਰੋਨਾ ਵਾਇਰਸ ਜਿਹੜਾ ਇਹ ਸਰਕਾਰ ਨੂੰ ਹੋਇਆ ਉਹਨੂੰ ਜਗਾਉਣ ਦਾ ਕੰਮ ਜ਼ਰੂਰ ਕਰਾਂ। ਨਹੀਂ ਕਰਨਗੇ ਜੀ, ਕੱਲ CM ਸਾਹਿਬ ਨੇ ਸਪਸ਼ਟ ਕਰਤਾ ਕਿ ਇਹ ਅਗਲੇ ਸਾਲ ਤੱਕ ਗੱਲ ਪਾਤੀ ਹੈ। ਮਤਲਬ ਕਿ ਜਦ ਅਖੀਰਲਾ ਇਲੈਕਸ਼ਨ ਈਅਰ ਆਊਗਾ, ਜਦ ਮਹੀਨਾ ਰਹਿ ਜਾਣਾ, ਤਦ ਇੱਕ ਕੱਲਾ ਇੱਕ ਫੋਰਮੈਲਿਟੀ ਕਰ ਦੇਣਗੇ, ਲਾਗੂ ਨਹੀਂ ਕਰਨੀ। ਅਸੀਂ ਵਾਰ ਵਾਰ ਕਹਿ ਰਿਹਾ ਕਿ ਚਾਈਨਾ 'ਚ ਹੋਇਆ ਕਰੋਨਾ ਵਾਇਰਸ, ਪੰਜਾਬ ਦੀ ਕਾਂਗਰਸ ਸਰਕਾਰ ਨੂੰ ਹੋਇਆ ਕਰੋਨਾ ਵਾਇਰਸ, ਕਿ ਕੋਈ ਕੰਮ ਨਹੀਂ ਕਰਦਾ। ਇਹ ਸਰਕਾਰ ਸੁੱਤੀ ਪਈ ਆ। ਇਹਨਾਂ ਨੇ ਕੰਟਰੈਕਚੁਅਲ ਇੰਪਲੋਈਜ਼ ਨਾਲ ਆਪਣੇ ਚੋਣ ਮੈਨੀਫੈਸਟੋ 'ਚ ਵਾਅਦਾ ਕੀਤਾ ਸੀ ਕਿ ਪਹਿਲੀ ਕੈਬਨਿਟ ਮੀਟਿੰਗ 'ਚ ਤੁਹਾਨੂੰ ਪੱਕੇ ਕਰ ਦਿਆਂਗੇ। ਅੱਜ 3 ਸਾਲ ਬੀਤ ਗਏ ਆ, ਉਹਨਾਂ ਨਾਲ ਮੀਟਿੰਗ ਨਹੀਂ ਕਰ ਰਹੇ। ਫਿਰ ਇਹਨਾਂ ਨੇ 5,000 ਕਰੋੜ DA ਦੀਆਂ ਕਿਸ਼ਤਾਂ ਇਹ ਰੋਕ ਕੇ ਬਹਿ ਗਏ ਆ, ਦਿੰਦੇ ਹੀ ਨਹੀਂ, ਖਾਈ ਗਏ ਆ। ਮੁਲਾਜ਼ਮ ਬੈਕਬੋਨ ਹੈ ਸਰਕਾਰ ਦੀ, ਜੇ ਮੁਲਾਜ਼ਮ ਹੈਪੀ ਤੇ ਸੁਭਾਵਿਕ ਹੈ ਖੁਸ਼ ਐਟਮੋਸਫੇਅਰ 'ਚ, ਹੈਪੀ ਐਟਮੋਸਫੇਅਰ 'ਚ ਕੰਮ ਕਰਨਗੇ, ਉਹਦੇ ਸਿੱਟੇ ਸਰਕਾਰ ਵਾਸਤੇ, ਪਬਲਿਕ ਵਾਸਤੇ ਵਧੀਆ ਹੋਣਗੇ। ETT ਟੀਚਰ, ਆਸ਼ਾ ਵਰਕਰ, ਆਂਗਨਵਾੜੀ ਵਰਕਰ, ਹਰੇਕ ਦਾ ਮੁੱਦਾ ਲੈ ਕੇ ਇਹਨਾਂ ਦੀਆਂ ਜਿਹੜੀਆਂ ਮੰਗਾਂ ਰੋਜ਼ ਇਹਨਾਂ ਨੂੰ ਘੇਰੇ ਪੈ ਰਹੇ ਆ, ਇਹ ਉਹਨਾਂ ਨੂੰ ਸੁਣਦੇ ਨਹੀਂ, ਕਦੇ ਗਾਲਾਂ ਕੱਢਦੇ ਆ, ਕਦੇ ਕੁੱਟਦੇ ਆ, ਕਦੇ ਬੇਇੱਜ਼ਤ ਕਰਦੇ ਆ, ਉਹ ਸਾਰੇ ਮੁੱਦੇ ਲੈ ਕੇ ਆਏ ਆ। ਫਿਰ ਵੱਡੀ ਗੱਲ, ਇਨਕਮ ਟੈਕਸ ਪਈ ਹੈ ਇੱਕ ਮੁਲਾਜ਼ਮ, ਉੱਤੇ ਤੁਸੀਂ ਜਜ਼ੀਆ ਲਾਤਾ ਪ੍ਰੋਫੈਸ਼ਨਲ ਟੈਕਸ, ਉਹ ਵਾਪਸ ਲਓ। ਜਦ ਕੋਈ ਸਹੂਲਤ ਦੇਣੀ ਨਹੀਂ ਉੱਤੋਂ ਉਹਨੂੰ ਡਬਲ ਟੈਕਸੇਸ਼ਨ, ਅਸੀਂ ਇਸ ਗੱਲ ਦੇ ਵੀ ਖਿਲਾਫ ਹਾਂ। ਫਿਰ ਟੀਚਰਾਂ ਦੀਆਂ ਤਨਖਾਹਾਂ 45,000 ਤੋਂ 15,000 ਕਰਤੀਆਂ, ਉਹਨਾਂ ਨੂੰ ਪਰਮਨੈਂਟ ਕਰੋ, ਉਹਨਾਂ ਦੀ ਤਨਖਾਹਾਂ ਵਧਾਓ। ਇਹ ਸਾਰੇ ਮੁੱਦੇ ਮੁਲਾਜ਼ਮਾਂ ਦੇ ਲੈ ਕੇ ਅਸੀਂ ਆਏ ਹਾਂ, ਔਰ ਅਸੀਂ ਚਾਹੁੰਦੇ ਹਾਂ ਕਿ ਕੋਈ ਇਹੋ ਜਿਹਾ ਡਾਕਟਰ ਲੱਭਿਆ ਜਾਵੇ ਜਿਹੜਾ ਇਹ ਸਰਕਾਰ ਨੂੰ ਜਿਹੜਾ ਕਰੋਨਾ ਵਾਇਰਸ, ਕੁਛ ਨਾ ਕਰੋਨਾ ਵਾਇਰਸ, ਇਹਨਾਂ ਦਾ ਕੋਈ ਇਲਾਜ ਕਰ ਸਕੇ। ਭਾਵੇਂ ਚੀਨ ਤੋਂ ਲਿਆਓ, ਭਾਵੇਂ ਅਮਰੀਕਾ ਤੋਂ ਲਿਆਓ, ਭਾਵੇਂ ਸਾਰੀ ਸਰਕਾਰ ਨੂੰ ਉੱਥੇ ਭੇਜ ਦਿਓ, ਮਗਰ ਇਹ ਲੋਕਾਂ ਦੇ ਦਰਦ ਨੂੰ, ਮੁਲਾਜ਼ਮਾਂ ਦਿਆਂ ਨੂੰ, ਕਿਸਾਨਾਂ ਦਿਆਂ ਨੂੰ, ਨੌਜਵਾਨਾਂ ਦਿਆਂ ਨੂੰ, SC ਭਾਈਚਾਰੇ ਨੂੰ, ਵੱਡੇ ਬਿੱਲਾਂ 'ਤੇ ਜਿਹੜੇ ਮੋਟੇ ਮੋਟੇ ਬਿੱਲ ਭੇਜ ਰਹੇ ਬਿਜਲੀ ਦੇ, ਉਹਨਾਂ ਲੋਕਾਂ ਦੀ ਮੁਸ਼ਕਲਾਤਾਂ ਨੂੰ ਸਮਝਦੇ ਹੋ, ਉਹਦਾ ਹੱਲ ਕਰਨ। ਦੇਖੋ ਅਸੀਂ ਕੱਲ੍ਹ ਸਾਨੂੰ ਸਪੀਕਰ ਸਾਹਿਬ ਨੇ ਪਹਿਲਾਂ ਸੱਦਿਆ ਅਤੇ ਕਿਹਾ ਸਾਨੂੰ ਲੀਡਰ ਆਫ ਦ ਹਾਊਸ ਨੂੰ ਡਿਸਟਰਬ ਨਾ ਕਰੋ, ਅਸੀਂ ਕਿਹਾ ਬਿਲਕੁਲ ਨਹੀਂ ਕਰਦੇ।
ਮਗਰ ਇੱਕ ਸ਼ਰਤ ਹੈ ਕਿ ਸਾਡੇ ਜਿਹੜੇ ਸਵਾਲ ਹੈ ਉਹਨਾਂ ਦੇ ਜਵਾਬ ਜ਼ਰੂਰ ਆ ਜਾਣ। ਸਾਨੂੰ ਉਹਨਾਂ ਨੇ ਕਿਹਾ ਕਿ ਠੀਕ ਹੈ ਜੀ ਅਖੀਰ 'ਚ ਆ ਜਾਣ। ਚਲੋ ਬੋਲਦਿਆਂ ਕੈਪਟਨ ਸਾਹਿਬ ਨੇ ਫਿਰ ਉਹ ਝੂਠ ਦਰਾਸਤਾ ਕਿ 12 ਲੱਖ ਨੂੰ ਨੌਕਰੀ ਦਿੱਤੀ ਹੈ। ਸਾਡੇ ਕੋਲ ਲਿਖਤੀ ਜਵਾਬ ਹੈ ਜਿਹ 'ਚ ਕਿਹਾ ਕਿ 33,600 ਨੂੰ ਸਰਕਾਰੀ ਨੌਕਰੀ 3 ਸਾਲਾਂ 'ਚ ਮਿਲੀ ਹੈ। ਉਹ ਜਵਾਬ ਦੇਈ ਨੌਕਰੀਆਂ ਵਾਲਾ ਤੇ ਨਹੀਂ, 33,600 ਪੱਕੀ ਤੇ 27,000 ਕੰਟਰੈਕਚੁਅਲ, ਜਿਹੜੀ ਕੰਟਰੈਕਚੁਅਲ ਹੈ ਮਤਲਬ ਫਿਰ ਕੱਚੇ ਜਦੋਂ ਮਰਜ਼ੀ ਕੱਢ ਦਿਓ। ਸੋ 33,000 ਪੱਕੀ ਹੈ। ਅਸੀਂ ਉਹਨਾਂ ਦਾ ਲਿਖਤੀ ਜਵਾਬ ਉਹਨਾਂ ਨੂੰ ਵਿਖਾਉਣਾ ਸੀ ਜਿਹੜਾ ਸਾਨੂੰ ਨਹੀਂ ਵਿਖਾਉਣ ਦਿੱਤਾ। ਸਾਡੇ MLA ਨੇ ਬਲਦੇਵ ਖਹਿਰਾ ਜੀ, ਪਵਨ ਕੁਮਾਰ ਟੀਨੂ, NK ਸ਼ਰਮਾ, ਆਹ ਜਵਾਬ ਹੈ 57,905, ਉਹਦੇ 'ਚ 33,666 ਰੈਗੂਲਰ, 24,239 ਕੰਟਰੈਕਚੁਅਲ। ਇਹ ਜਵਾਬ ਹੈ ਸਰਕਾਰ ਦਾ। ਹੁਣ ਸਰਕਾਰ ਇੱਕ ਜਵਾਬ ਦੇ ਰਹੀ ਹੈ, ਮੁੱਖ ਮੰਤਰੀ ਸ਼ਰੇਆਮ ਝੂਠ ਬੋਲ ਰਿਹਾ। ਅਤੇ ਅਸੀਂ ਆਪਦਾ ਰੋਸ ਕੀਤਾ, ਸਪੀਕਰ ਸਾਹਿਬ ਫਿਰ ਕਹਿੰਦੇ ਅਖੀਰ 'ਚ ਬੋਲ ਦਿਓ। ਅਖੀਰ 'ਚ ਤੁਸੀਂ ਵੇਖ ਹੀ ਲਿਆ, ਬੋਲਣ ਹੀ ਨਹੀਂ ਦਿੱਤਾ। ਜਿਹੜਾ ਪੱਖਪਾਤੀ ਰਵੱਈਆ ਲੋਕਾਂ ਦੀ ਗੱਲ ਨਾ ਰੱਖਣ ਦੇ ਨਹੀਂ, ਇਹ ਸਾਰੇ ਬੜੇ ਵੱਡੇ ਮੁੱਦੇ, ਮੁਲਾਜ਼ਮਾਂ ਦੇ ਸਾਰੇ ਮੁੱਦੇ, ਮੁਲਾਜ਼ਮਾਂ ਦੀ ਭੈੜੀ ਹਾਲਤ ਕਰਤੀ ਇਸ ਕਾਂਗਰਸ ਪਾਰਟੀ ਦੀ ਸਰਕਾਰ ਨੇ। ਜਿੱਦਾਂ ਦੀ 3 ਸਾਲ ਤੋਂ ਸਰਕਾਰ ਆਈ ਹੈ, ਉਸੇ ਦਿਨ ਮੁਲਾਜ਼ਮ ਤਰਫੇ ਨਾ ਉਹਨਾਂ ਨੂੰ ਪੇ ਕਮਿਸ਼ਨ ਦਿੱਤਾ, ਨਾ ਉਹਨਾਂ ਨੂੰ ਕੋਈ DA ਦੀ ਕਿਸ਼ਤ ਦਿੱਤੀ। ਜਦੋਂ ਵਿਚਾਰੇ ਆਪਣੀਆਂ ਮੰਗਾਂ ਮੰਗਣ ਵਾਸਤੇ ਕਿਤੇ ਐਜੀਟੇਸ਼ਨ ਕਰਦੇ ਨੇ, ਉਹਨਾਂ ਦੇ ਪਾਣੀ ਦੀਆਂ ਵਿਛਾੜਾਂ ਡਾਂਗਾਂ ਸੋਟੇ ਉਹਨਾਂ ਦੇ ਪੈ ਰਹੇ ਨੇ। ਮੈਂ ਸਮਝਦਾ ਇਹਨਾਂ ਨੂੰ ਦੇਣਾ ਤਾਂ ਕੀ ਉਲਟਾ 200 ਰੁਪਇਆ ਪਰ ਮਹੀਨਾ ਉਹਨਾਂ ਦੀ ਤਨਖਾਹ ਦੇ ਵਿੱਚੋਂ ਕੱਟਿਆ ਜਾ ਰਿਹਾ। ਸੋ ਬੁਰੀ ਹਾਲਤ ਕਰਤੀ ਮੁਲਾਜ਼ਮਾਂ ਦੀ ਇਹ ਸਰਕਾਰ ਨੇ। ਜਿੰਨੀ ਦੇਰ ਸਰਕਾਰ ਉਹਨਾਂ ਮੁਲਾਜ਼ਮਾਂ ਨੂੰ ਰਾਹਤ ਨਹੀਂ ਦਿੰਦੀ, ਉਹਨਾਂ ਦੀ ਹੱਕੀ ਮੰਗਾਂ ਨਹੀਂ ਮੰਨਦੀ, ਅਸੀਂ ਇਸ ਸਰਕਾਰ ਨੂੰ ਟਿੱਕੇ ਨਹੀਂ ਬੈਠਣ ਦਿੰਦੇ। ਤਾਜ਼ਾ ਅਪਡੇਟਸ ਲਈ ਅਰਥ ਪ੍ਰਕਾਸ਼ TV ਕੋ ਸਬਸਕ੍ਰਾਈਬ ਕਰੇ ਔਰ ਬੈਲ ਆਈਕਨ ਕੋ ਪ੍ਰੈਸ ਕਰੇ।